भाईजान, हाँ जी, हम ना अपने अम्मी अब्बू के साथ आए थे। क्या आप जानते हैं हमारा अम्मी अब्बू? नहीं जी, असली नहीं जानते छोटे। मैं उनके साथ आई थी लेकिन अब वो मिल नहीं रहे। आप बताएंगे कहाँ हो सकता है वो? इतने कई आंदे जंदे रहते ने, तुसी स्टेशन ते जाके पता कर लो। ठीक है, स्टेशन कहाँ है? इधरों तो ही सीधा चल दो तो फिर राइट हो जाए अपना पुलिस स्टेशन रोड पे स्टेशन। ठीक है, थैंक यू। आलो फड़ो, चाह पियो, हुण छड़ दो अखबार दा खैड़ा। चाह ते पी लैना मैं। वो गया स्टेशन ते कि नहीं? चल जूगा, तैयार हो के जांदा है हुण। तैयार होण नूं उत्थे शगन लगना नूं। सवेर दा 3 वारी फोन आ गया मैनूं भैण जी दा दिल्ली वाली दा भी उत्थे पार्सल आया पिया ते चुक के लै आओ ते लाड़ाला साहब तेरा तैयार हो ही जांदा। उहदी तैयारी नहीं मुकदी अजे तक। ਤੇਜਿੰਦਰ ਬਾਹਰ ਆ। ਹਾਂਜੀ ਡੈਡੀ ਜੀ, ਆਇਆ। ਆ ਫੜੋ ਚਾਹ ਪੀਓ। ਹਾਂਜੀ। ਤੂੰ ਗਿਆ ਨਹੀਂ ਅਜੇ, ਇੰਨਾ ਟਾਈਮ ਲਾਤਾ। ਬਸ ਚੱਲਿਆ ਵਾਂ, ਤਿਆਰ ਹੋਣ ਡਿਆ ਸੀਗਾ। ਹੁਣ ਹੋ ਗਈ ਨਾ ਤਿਆਰੀ? ਹੋ ਗਈ, ਬਸ ਨਿਕਲਣ ਲੱਗਾ ਸੀਗਾ। ਵੇ ਪੁੱਤ, ਤੇਰੇ ਪਿਓ ਨੇ ਤੇ ਚਾਹ ਪੀਣੀ ਭਾਰੂ ਕੀਤੀ ਆ। ਕਦੀ ਕਹਿੰਦੇ ਤੇਰਾ ਲਾੜਲਾ ਤਿਆਰ ਨਹੀਂ ਹੋਇਆ, ਕਦੀ ਗਿਆ ਨਹੀਂ, ਕਦੀ ਆਹ ਨਹੀਂ ਕਰਦਾ, ਕਦੀ ਉਹ ਨਹੀਂ ਕਰਦਾ। ਮੰਮੀ ਕੋਈ ਗੱਲ ਨਹੀਂ, ਡੈਡੀ ਜੀ ਤੁਹਾਨੂੰ ਪਤਾ ਹੀ ਆਦਤ ਹੀ ਆ, ਜਿੱਦਾਂ ਡੈਡੀ ਦਫ਼ਤਰ ਵਿੱਚ ਵਰਕਰਾਂ ਦੇ ਹੁਕਮ ਚਲਾਉਂਦੇ ਰਹਿੰਦੇ ਆ ਨਾ, ਘਰ 'ਚ ਵੀ ਇਹ ਸਾਨੂੰ ਵਰਕਰ ਹੀ ਸਮਝਦੇ ਆ। ਤੂੰ ਹੁਣ ਬਹੁਤੀ ਗੱਲਾਂ ਨਾ ਕਰ ਅਤੇ ਫਟਾਫਟ ਜਾ ਕੇ ਪਾਰਸਲ ਚੁੱਕ ਕੇ ਲਿਆ। ਤੂੰ ਆਪ ਹੀ ਦੱਸ ਇੰਨਾ ਤਿਆਰ ਹੋਣ ਦੀ ਕੀ ਲੋੜ ਸੀ? ਇੱਕ ਪਾਰਸਲ ਚੁੱਕ ਕੇ ਲਿਆਉਣਾ ਨਾ, ਟਾਈਮ ਨਾਲ ਜਾ ਅਤੇ ਟਾਈਮ ਨਾਲ ਘਰ ਆ ਵਾਪਸ। ਸੁਣ ਲਿਆ ਨਾ? ਡੈਡੀ ਜੀ ਸੁਣ ਲਿਆ ਸੁਣ ਲਿਆ, ਤੁਸੀਂ ਆਪਣਾ ਵੀ ਤਾਂ ਵੇਖੋ, ਘਰੇ ਤੁਸੀਂ ਪੱਗ ਪੁੱਗ ਬੰਨ ਕੇ ਬੈਠੇ ਰਹਿੰਦੇ ਜੇ ਬੂਟ ਬਾਟ ਪਾ ਕੇ, ਅਤੇ ਮੈਂ ਫਿਰ ਵੀ ਮੁੰਡਾ ਕੁੰਡਾ ਤਿਆਰ ਹੋ ਕੇ ਜਾਣਾ ਜਿੱਥੇ ਜਾਣਾ ਆ। ਉਹ ਜੀ ਸਰ, ਸਲਿੱਪ ਜੀ ਦੇ ਦਿਓ ਮੈਨੂੰ, ਉਹ ਪਾਰਸਲ ਦੀ। ਟਾਈਮ ਨਾਲ ਤਿਆਰ ਹੋ ਜਾਇਆ ਕਰ, ਤੁਹਾਨੂੰ ਪਤਾ ਹੀ ਆ ਵੀ ਤੇਰੇ ਡੈਡੀ ਦਾ ਸੁਭਾਅ ਕਿੱਦਾਂ ਦਾ ਆ। ਮੰਮੀ ਹੁਣ ਤਿਆਰ ਹੋਣ ਟਾਈਮ ਤਾਂ ਲੱਗਦਾ ਹੀ, ਪੱਗ ਪੁੱਗ ਬੰਨ ਕੇ ਜਾਣਾ ਹੁੰਦਾ ਵਾ। ਅਤੇ ਫਿਰ ਵੀ ਵੇਖ ਲਿਆ ਕਰ ਨਾ ਕਿਹੜਾ ਕੰਮ ਜ਼ਰੂਰੀ ਆ, ਉਹ ਪਹਿਲੇ ਕਰਾਂ। ਅਤੇ ਹੁਣ ਮੇਰੀ ਗੱਲ ਸੁਣ ਲਾ, ਟਾਈਮ ਨਾਲ ਘਰ ਆ ਜਾਈਂ, ਫਿਰ ਨਾ ਉਹ ਬੋਲਦੇ ਰਹਿਣ। ਕੋਈ ਨਹੀਂ ਕੋਈ ਨਹੀਂ, ਟਾਈਮ ਨਾਲ ਆਊਂਗਾ। ਚਲੋ ਠੀਕ ਆ, ਫਿਰ ਚੱਲਦਾ ਮੈਂ। ਚੰਗਾ। अम्मी अब कहाँ गए होंगे? ट्रेन कब आएगी? अभी यहाँ पर तो कोई भी नहीं है। मालूम नहीं अब ये ट्रेन कब आएगी। अम्मी अब कहाँ गए होंगे? हम किससे पूछें कि ट्रेन कब आएगी? हमें तो यहाँ कोई जानता भी नहीं है। अम्मी कहाँ हो? हम किससे पूछें कि ट्रेन कब आएगी? हमें तो यहाँ कोई जानता भी नहीं है।
ਸਤਿ ਸ਼੍ਰੀ ਅਕਾਲ ਜੀ। ਕੀ ਗੱਲ ਹੋਈ, ਤੁਸੀਂ ਰੋ ਕੇ ਰਹੇ ਹੋ? ਹਮ ਨਾ ਆਪਣੇ ਅੰਮੀ ਅਬੂ ਕੇ ਸਾਥ ਨਾ ਪਾਕਿਸਤਾਨ ਸੇ ਯਹਾਂ ਆਏ ਥੇ, ਲੇਕਿਨ ਉਹ ਅਭੀ ਮਿਲ ਨਹੀਂ ਰਹੇ, ਅਭੀ ਹਮ ਅਕੇਲੇ ਰਹਿ ਗਏ। ਹਮੇ ਕੁਛ ਨਹੀਂ ਸਮਝ ਆ ਰਹਾ ਕਿ ਹਮ ਕਿਆ ਕਰੇ। ਚਲੋ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਠੀਕ ਆ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਤੁਹਾਡੇ ਮਾਂ ਪਿਓ ਤੱਕ ਪਹੁੰਚਾਇਆ ਜਾਵੇ। ਆਪ ਮਿਲਾ ਦੋ ਨਾ ਹਮੇ ਹਮਾਰੇ ਅੰਮੀ ਅੱਬੂ ਸੇ। ਤੁਸੀਂ ਫਿਕਰ ਨਾ ਕਰੋ, ਮੈਂ ਇੱਕ ਮਿੰਟ ਸਟੇਸ਼ਨ ਮਾਸਟਰ ਕੋਲੋਂ ਪੁੱਛ ਕੇ ਆਉਂਦਾ ਕਿ ਭਲਾ ਟ੍ਰੇਨ ਕਦੋਂ ਆਉਣੀ ਆ ਹੋਰ ਅਗਲੀ। ਇੱਕ ਮਿੰਟ ਆਇਆ ਮੈਂ ਬਸ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਉਹ ਜਿਹੜੀ ਪਾਕਿਸਤਾਨ ਤੋਂ ਆਈ ਸੀਗੀ ਟ੍ਰੇਨ, ਉਹ ਕਦੋਂ ਜਾਣੀ ਭਲਾ ਹੁਣ ਲਾਸਟ? ਅੱਛਾ ਚੱਲ ਗਈ ਆ। ਅਤੇ ਹੁਣ ਕੋਈ ਟ੍ਰੇਨ ਨਹੀਂ ਜਾਣੀ? ਚਲੋ ਠੀਕ ਆ ਜੀ। ਤੁਸੀਂ ਪਲੀਜ਼ ਰੋਵੋ ਨਾ, ਮੈਂ ਪਤਾ ਕੀਤਾ ਆ, ਪਰ ਉਹ ਕਹਿੰਦੇ ਵੀ ਜਿਹੜੀ ਲਾਸਟ ਟ੍ਰੇਨ ਸੀ ਉਹ ਵੀ ਨਿਕਲ ਗਈ ਆ, ਹੁਣ ਕੋਈ ਟ੍ਰੇਨ ਨਹੀਂ ਜਾਣੀ। ਇਸਕਾ ਮਤਲਬ ਅਭੀ ਕੋਈ ਟ੍ਰੇਨ ਨਹੀਂ ਆਏਗੀ? ਇਸ ਸਟੇਸ਼ਨ 'ਤੇ ਤਾਂ ਹੁਣ ਕੋਈ ਟ੍ਰੇਨ ਨਹੀਂ ਆਉਣੀ, ਕਿਉਂਕਿ ਤੁਹਾਨੂੰ ਵੀ ਪਤਾ ਵੀ ਇੱਥੇ ਜਦੋਂ ਇਹ ਸਮਾਗਮ ਹੁੰਦਾ ਵਾ ਉਦੋਂ ਹੀ ਆਉਂਦੀ ਟ੍ਰੇਨ, ਉੱਦਾਂ ਕੋਈ ਟ੍ਰੇਨ ਨਹੀਂ ਆਉਂਦੀ ਪਾਕਿਸਤਾਨ ਤੋਂ। ਪਰ ਚਲੋ ਤੁਸੀਂ ਰੋਵੋ ਨਾ, ਆਪਣੇ ਕੋਲ ਨਾ ਇੱਕ ਆਪਸ਼ਨ ਹੈਗੀ ਆ, ਆਪਾਂ ਅਟਾਰੀ ਸਟੇਸ਼ਨ ਤੋਂ ਪਤਾ ਕਰ ਲੈਂਦੇ ਹਾਂ, ਹੋ ਸਕਦਾ ਉੱਥੋਂ ਕੋਈ ਟ੍ਰੇਨ ਮਿਲ ਜਾਵੇ ਆਪਾਂ ਨੂੰ। ਤੁਸੀਂ ਪਲੀਜ਼ ਡਰੋ ਨਾ, ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਪੂਰੀ ਕੋਸ਼ਿਸ਼ ਕਰੂੰਗਾ ਆਪਣੇ ਵੱਲੋਂ ਤੁਹਾਨੂੰ ਪਾਕਿਸਤਾਨ ਤੱਕ ਪਹੁੰਚਾਉਣ ਦੀ। ਠੀਕ ਹੈ। ਚਲੋ ਆ ਜਾਓ ਫਿਰ। ਚਲੀਏ। ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ, ਮੈਂ ਪੂਰੀ ਕੋਸ਼ਿਸ਼ ਕਰੂੰਗਾ, ਠੀਕ ਆ? ਠੀਕ ਹੈ। ਇੱਥੋਂ ਸਿਰਫ ਇੱਕ ਘੰਟੇ ਦਾ ਰਸਤਾ ਵਾ, ਉਧਰੋਂ ਦੀ ਬੈਠੋ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਛੁੱਟ ਕਿੱਦਾਂ ਗਏ ਆਪਣੇ ਘਰਦਿਆਂ ਨਾਲੋਂ? ਵੋ ਨਾ ਹਮ ਬਹੁਤ ਸਾਰੇ ਲੋਕ ਨਾ ਇਕੱਠੇ ਹੋ ਕੇ ਯਹਾਂ ਆਏ ਥੇ, ਔਰ ਐਸੇ ਹੀ ਨਾ ਬਾਤੋਂ ਬਾਤੋਂ ਮੈਂ ਕਿਸੀ ਦੁਕਾਨ ਮੈਂ ਚਲੀ ਗਈ, ਤਾਂ ਅੰਮੀ ਅੱਬੂ ਕੋ ਪਤਾ ਨਹੀਂ ਚਲਾ ਇਸ ਬਾਤ ਕਾ, ਔਰ ਉਹ ਸਿੱਧਾ ਨਿਕਲ ਗਏ। ਬਾਅਦ ਮੈਂ ਜਬ ਮੈਨੇ ਬਾਹਰ ਆ ਕੇ ਦੇਖਾ ਨਾ, ਤਾਂ ਉਹ ਵਹਾਂ ਪੇ ਨਹੀਂ ਥੇ। ਅੱਛਾ ਅੱਛਾ। ਅਜੇ ਤੱਕ ਆਇਆ ਨਹੀਂ, ਇੰਨਾ ਟਾਈਮ ਹੋ ਗਿਆ, 5 ਮਿੰਟਾਂ ਦਾ ਰਸਤਾ, ਫੋਨ ਕਰਕੇ ਵੇਖਦਾ। ਚਲੋ ਕੋਈ ਗੱਲ ਨਹੀਂ, ਅਟਾਰੀ ਸਟੇਸ਼ਨ ਤੋਂ ਹੋ ਸਕਦਾ ਆਪਾਂ ਨੂੰ ਟ੍ਰੇਨ ਮਿਲ ਜੇ। ਇੱਥੋਂ ਬਸ 1 ਘੰਟੇ ਦਾ ਰਸਤਾ ਆ, ਆਪਾਂ ਪਹੁੰਚ ਜਾਣਾ ਜਲਦੀ। ਅੱਲਾ ਕਰੇ ਹਮੇਂ ਟ੍ਰੇਨ ਮਿਲ ਜਾਏ ਔਰ ਹਮ ਆਪਣੇ ਅੰਮੀ ਅੱਬੂ ਸੇ ਮਿਲ ਜਾਏ। ਹਾਂ ਹਾਂ, ਅੱਲਾ ਜ਼ਰੂਰ ਮਿਹਰ ਕਰੂਗਾ। आप फोन क्यों कट कर रहे हो? आपके अब्बू का फोन होगा, उठा लीजिए। ठीक है। हेलो हेलो तजिंदर। हाँ जी, हाँ जी डैडी जी। उथे जी ला लिया, आया नहीं वापस। ओ डैडी जी, मुड़ना की आ, इथे स्टेशन ते इन्हां नूं पार्सल ही नहीं लभण दिया। लभण नहीं दिया? ओ किते इन्हां हेरेफेरी करके गड़बड़ ना करती होवे। डैडी जी ओ नहीं हुण मैनूं पता, ਇਹ ਕਹਿੰਦੇ ਆ ਵੀ ਕਈ ਵਾਰੀ ਸਟੇਸ਼ਨ 'ਤੇ ਨਾ ਪਾਰਸਲ ਉਤਰਦਾ ਨਹੀਂ ਆ ਅਤੇ ਅਗਲੇ ਸਟੇਸ਼ਨ 'ਤੇ ਚੱਲ ਜਾਂਦਾ ਆ। ਅਗਲਾ ਸਟੇਸ਼ਨ ਤਾਂ ਅੰਮ੍ਰਿਤਸਰ ਹੈ ਫਿਰ। ਹਾਂਜੀ ਹਾਂਜੀ, ਮੈਨੂੰ ਲੱਗਦਾ ਅੰਮ੍ਰਿਤਸਰ ਚਲ ਗਿਆ ਵਾ, ਅਤੇ ਚਲੋ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਮੈਂ ਫਿਰ ਅੰਮ੍ਰਿਤਸਰ ਚਲ ਜਾਂਦਾ ਵਾਂ ਅਤੇ ਪਾਰਸਲ ਲੈ ਕੇ ਘਰ ਆਊਂਗਾ।
फिक्र वाली गल तो हैगी है। नहीं नहीं कोई गल नहीं, फिक्र ना करो, आ गया चलो अंबरसर कड़ी दूर है। चलो ठीक है। हाँ जी हाँ जी, तुम टेंशन ना लो। ठीक है किनू फोन करन डे ही? फोन किनू करना? तजिंदर नू फोन करन डेया ही कि पार्सल दा की बनया। वो कहिंदा पार्सल सो गवाच गया, हुण कहिंदा अंबरसर चलिया मैं लैण वास्ते। मैनूं तो ये नहीं समझ आ रही, पहला घरों निकलता नहीं टाइम नाल, तो मुड़ के फिर यह जी गल करता। चलो कोई गल नहीं, जो कह दिया ना तो लैके ही आऊगा। तुम मैनू यह दसो रोटी लियावा? आहो रोटी तो खानी है, लिया फिर दो रोटी खा लेने। जाओ फिर हाथ हथ धो लो तो मैं रोटी ला दिनी हूँ। धोना मैं हथ लेना धो के। आपने अपने अबू से झूठ के बोला? हाँ मैं झूठ बोलिया है, पर कहते होंगे ना जड़ा झूठ किसी की भलाई वास्ते बोलिया जाए वो झूठ नहीं होता। आपका ना बहुत बहुत शुक्रिया, जितनी मदद आप कर रहे हो ना उतनी तो कोई अपना भी नहीं करता। और लेना कुछ? बस और नहीं कुछ लेना। नव नाल गल हुई है? हाँ हुई ही मेरी गल, मेरा तो आप नमन तो बिना ना दिल नहीं लगन दिया। मैं उन्होंने कहा है भी आ जा, हूँ कहती आ जानी हाँ। आहो छुट्टियां पूरी हो गई तो हूँ आ जाए करे। आहो आ जाएगी, तुम्हें पता न्याणिया तो कि रौनक ला रखता, पोतिया नाल घर रौनक लगती है, बच्चे की रौनक बड़ी होंगी घर। हाँ मैं फिर कर दिनी हाँ फोन भी आ जा तू। लो आ गया स्टेशन, तुसी बैठो इतने मैं पता करके आना। ठीक है ठीक है। ट्रेन ते ना निकल गई है। क्या अब कब आएगी ट्रेन? वो कहते बस ये साल बाद ही आती है, हम अगले साल जो जलसा होगा ना मुसलमाना उदों ही ट्रेन आनी है। या अल्लाह अब मैं क्या करूँगी? चलो कोई गल नहीं, फिक्र ना करो, फिक्र ना करो, रोवो ना। मेरा ना एक दोस्त है वह भी मुस्लिम आ, तो मैं तुम उदा मिला दिना है, तुम ना वो घर रुक लियो, कोई टेंशन लैन वाली गल नहीं है। मैं अपने घर तो लैके नहीं जा सकता, मेरा डैडी बड़े कब्बे सुभाव दा है। कब्बा? इसका क्या मतलब होता है? कब्बे सुभाव दा मतलब है कि मेरा डैडी बड़ा गुस्से वाला है, उन्हें तो मेरे तो सौ सौ शक करने हैं। तो तुम कोई गल नहीं, फिक्र ना करो, मेरा दोस्त है, मैं उन्हें हुणे फोन कर दिंदा हां।